ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਵੈਗ ਦੇਸੀ ਯੂਟਿਊਬ ਚੈਨਲ 'ਤੇ। ਅੱਜ ਅਸੀਂ ਬਣਾਉਣ ਲੱਗੇ ਹਾਂ ਕੁੱਟੂ ਦੇ ਆਟੇ ਦਾ ਚਿੱਲਾ। ਚਿੱਲਾ ਤਿਆਰ ਕਰੀਏ, ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰੋ, ਤਾਂ ਜੋ ਤੁਸੀਂ ਸਾਡੀਆਂ ਜਿਹੜੀਆਂ ਵੀਡੀਓਜ਼ ਅਸੀਂ ਪਾਈਏ ਉਹ ਦੇਖ ਸਕੋ। ਹਾਂਜੀ, ਵੀਡੀਓ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਆਓ ਅਸੀਂ ਹੁਣ ਬਣਾਉਂਦੇ ਹਾਂ ਕੁੱਟੂ ਦੇ ਆਟੇ ਦਾ ਚਿੱਲਾ। ਇੱਕ ਕੱਪ ਵਰਤ ਦਾ ਆਟਾ ਲਿਆ, ਉਸ ਵਿੱਚ ਅਸੀਂ ਆਲੂ ਕੱਦੂਕਸ ਕੀਤੇ ਨੇ 2 ਆਲੂ, ਅਤੇ ਇਹਨਾਂ ਨੂੰ ਫਿਰ ਕਰਕੇ ਅਤੇ 4-5 ਪਾਣੀ ਵਿੱਚ ਚੰਗੀ ਤਰ੍ਹਾਂ ਧੋ ਲਿਆ। ਇਹ ਦੇਖੋ ਇਸ ਤਰ੍ਹਾਂ ਆਪਣੇ ਆਲੂ ਇਸ ਤਰ੍ਹਾਂ ਬਣ ਗਏ, ਠੀਕ ਹੈ। ਅਤੇ ਇਹਨਾਂ ਨੂੰ ਆਪਾਂ ਇਸ ਦੇ ਵਿੱਚ ਆਲੂ ਪਾਵਾਂਗੇ ਅਤੇ ਧਨੀਆ, ਹਰੀ ਮਿਰਚ, ਕਾਲੀ ਮਿਰਚ। ਇਹ ਧਿਆਨ ਨਾਲ ਪਾਣੀ, ਕਿਉਂਕਿ ਆਪਾਂ ਨੇ ਹਰੀ ਮਿਰਚ ਵੀ ਪਾਈ ਹੈ, ਬਾਕੀ ਆਪਣੇ ਟੇਸਟ ਮੁਤਾਬਕ। ਜੀਰਾ, ਜੀਰਾ ਅਤੇ ਨਮਕ ਟੇਸਟ ਮੁਤਾਬਕ। ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਘੋਲ ਇੰਨਾ ਪਤਲਾ ਰੱਖਣਾ ਜਿਸ ਤਰ੍ਹਾਂ ਆਪਾਂ ਬੇਸਣ ਦਾ ਚਿੱਲਾ ਬਣਾਉਂਦੇ ਹਾਂ। ਚੰਗੀ ਤਰ੍ਹਾਂ ਮਿਕਸ ਕਰ ਲਓ। ਇਸ ਨੂੰ 5-10 ਮਿੰਟ ਰੱਖਾਂਗੇ। ਰੈਸਟ ਲਾ ਲਾਂਗੇ, ਫਿਰ ਅੱਗੇ। ਹਾਂਜੀ, ਆਪਣਾ ਜਿਹੜਾ ਸੀਗਾ ਉਹ ਘੋਲਿਆ ਸੀ ਆਟਾ, ਉਹ ਤਿਆਰ ਹੋ ਗਿਆ ਜੀ। ਅਤੇ ਆਪਾਂ ਨੇ 1 ਚਮਚ ਤੇਲ ਪੈਨ ਵਿੱਚ ਪਾਤਾ ਤਾਂ ਜੋ ਹੇਠਾਂ ਨਾ ਲੱਗੇ। ਅਤੇ ਲਓ ਜੀ, ਹੁਣ ਆਪਾਂ ਅਸੀਂ ਪਾਈ ਜੀ 1 ਕੜਛੀ ਤਿਆਰ ਹੋ ਗਿਆ। ਹਾਂਜੀ, ਚਿੱਲਾ ਆਪਣਾ ਇੱਕ ਸਾਈਡ ਤੋਂ ਤਿਆਰ ਹੋ ਗਿਆ ਸੀ, ਉਸਨੂੰ ਅਸੀਂ ਪਲਟਾ ਤਾ। ਹੁਣ ਇਸ ਸਾਈਡ ਤੇ ਵੀ ਹਾਂ
ਬਸ ਇਹਨੂੰ ਜਦੋਂ ਆਪਾਂ ਚੁੱਲ੍ਹਾ ਇਹਦੇ 'ਤੇ ਤਿਆਰ ਕਰਨਾ ਹੈ ਅਤੇ ਅੱਧਾ ਕੁ ਮਿੰਟ ਹੀ ਬਸ ਆਪਾਂ ਨੇ ਢੱਕਣਾ ਇਸ ਨੂੰ ਕਰਨਾ ਹੈ ਭਾਫ ਦਵਾਉਣ ਨੂੰ ਐਵੇਂ ਆਪਣਾ ਇਸ ਨੂੰ ਸਾਈਡ ਚੇਂਜ ਕਰਤੀ ਤੁਸੀਂ ਜ਼ਰੂਰ ਟਰਾਈ ਕਰਨਾ ਬੜੇ ਈਜ਼ੀ ਨੇ ਬੱਚੇ ਵੀ ਇਸਨੂੰ ਬਹੁਤ ਪਸੰਦ ਕਰਦੇ ਨੇ ਡੀਪ ਫਰਾਈ ਨਹੀਂ ਹੁੰਦੇ ਇਸ ਕਰਕੇ ਮੈਂ ਖਾਣ 'ਚ ਬੜੇ ਟੇਸਟੀ ਲੱਗਦੇ ਨੇ ਛਿੱਲੇ ਆਪਣੇ ਇਸ ਤਰ੍ਹਾਂ ਤਿਆਰ ਹੋ ਗਏ ਨੇ ਜੀ ਇਹਨਾਂ ਨੂੰ ਵਰਤ ਦੇ ਵਿੱਚ ਦਹੀਂ ਦੇ ਨਾਲ ਖਾਇਆ ਜਾ ਸਕਦਾ ਹੈ ਅਤੇ ਵੈਸੇ ਤਾਂ ਜੇ ਆਮ ਰੂਟੀਨ 'ਚ ਖਾਣਾ ਹੋਵੇ ਤਾਂ ਆਪਾਂ ਟਮਾਟੋ ਸੌਸ ਵਗੈਰਾ ਜਿਸ ਚੀਜ਼ ਨਾਲ ਮਰਜ਼ੀ ਖਾਓ ਅਤੇ ਆਪਣਾ ਅਸੀਂ ਤੁਹਾਨੂੰ ਮਤਲਬ ਵੀ ਚਿੱਲੇ ਬਣਾ ਕੇ ਦੱਸੇ ਨੇ ਜੀ ਅਤੇ ਤੁਸੀਂ ਜ਼ਰੂਰ ਬਣਾਉਣਾ ਖਾਣਾ ਅਤੇ ਕਮੈਂਟਸ ਜ਼ਰੂਰ ਕਰਨਾ ਅਤੇ ਆਪਣਾ ਜਿਹੜੀ ਵੀਡੀਓ ਹੈ ਉਹ ਲਾਈਕ ਸ਼ੇਅਰ ਅਤੇ ਸਾਡਾ ਜਿਹੜਾ ਚੈਨਲ ਹੈ ਸਵੈਗ ਦੇ ਸੀ ਉਸ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ।